ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਬਠਿੰਡਾ ਦੇ ਗਰਲਜ਼ ਸਕੂਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਸਕੂਲ ਦੇ ਵਿੱਚ ਸਾਫ਼ ਸੁਥਰੇ ਪਾਣੀ ਲਈ RO ਸਿਸਟਮ ਸਥਾਪਿਤ ਕਰਨ ਲਈ 1.5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਤੋਂ ਇਲਾਵਾ ਬੀਬੀ ਬਾਦਲ ਨੇ ਬਠਿੰਡਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਹਨਾਂ ਨੇ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਜਾਣਕਾਰੀਆਂ ਦਾ ਜਾਇਜ਼ਾ ਲਿਆ। ਲੱਗੇ ਹੱਥੀ ਹਰਸਿਮਰਤ ਕੌਰ ਬਾਦਲ ਨੇ ਹੋਰ ਵੀ ਕਈ ਮਾਮਲਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਆਈ ਡੋਂਟ ਥਿੰਕ ਦੇਰ ਇਜ਼ ਐਨੀ ਐਂਗਰ ਅਮੰਗ ਦ ਪੀਪਲ। ਇਫ ਦੇਰ ਵਾਜ਼ ਐਨੀ ਐਂਗਰ ਅਮੰਗ ਦ ਪੀਪਲ, ਯੂ ਵੁੱਡ ਫਾਈਂਡ ਦੈਟ ਆਰ ਰੈਲੀਜ਼ ਵਾਰ ਬਿਕਮਿੰਗ ਬਿਗਰ ਐਂਡ ਬਿਗਰ ਇਨ ਸਾਈਜ਼। ਵੀ ਆਰ ਇਨ ਦੀ ਓਪੋਜੀਸ਼ਨ, ਵੀ ਹੈਵ ਟੂ ਪਾਰਟੀਜ਼ ਵਿਚ ਆਰ ਗੋਇੰਗ ਹੈਮਰ ਐਂਡ ਟੋਂਗ ਟੂ ਬਲੇਮ ਅਸ ਫਾਰ ਸਮਥਿੰਗ ਵਿਦ ਵਿਚ ਵੀ ਹੈਡ ਨਥਿੰਗ ਟੂ ਡੂ। ਦੇ ਹੈਡ ਅ ਫਰਜ਼ੀ ਕਮਿਸ਼ਨ ਸਿੱਟ ਡਾਊਨ, ਐਂਡ ਇਨ ਦੈਟ ਕਮਿਸ਼ਨ ਇਫ ਯੂ ਰੀਡ ਦ ਰਿਪੋਰਟ, ਨੋ ਵੇ ਕੈਨ ਫਾਈਂਡ ਅ ਸਿੰਗਲ ਸ਼੍ਰੈਡ ਆਫ ਐਵੀਡੈਂਸ ਦੈਟ ਦ ਫੈਮਿਲੀ ਔਰ ਦ ਪਾਰਟੀ ਹੈਡ ਐਨੀਥਿੰਗ ਟੂ ਡੂ ਵਿਦ ਇਟ। ਡਿਸਪਾਈਟ ਦੈਟ ਦੇ ਆਰ ਮਿਸਲੀਡਿੰਗ ਦ ਪੀਪਲ, ਬਟ ਆਈ ਐਮ ਗਲੈਡ ਦੈਟ ਦ ਪੀਪਲ ਆਰ ਸੀਇੰਗ ਥਰੂ ਦ ਪੋਲੀਟੀਕਲ ਦ ਪੋਲੀਟਿਕਸ ਦੈਟ ਦੇ ਆਰ ਟਰਾਇੰਗ ਟੂ ਪਲੇ ਟੂ ਵੀਕਨ ਨੋਟ ਜਸਟ ਦ ਅਕਾਲੀ ਦਲ ਬਟ ਐਕਚੁਲੀ ਦੀ ਅਕਾਲ ਤਖ਼ਤ ਸਾਹਿਬ, ਐਂਡ ਟੇਕ ਹੋਲਡ ਆਫ ਦੀ SGPC, ਐਂਡ ਦ ਪੀਪਲ ਆਰ ਸੀਇੰਗ, ਐਂਡ ਵਿਚ ਇਜ਼ ਵਾਈ ਬੀ ਐਡ ਪਟਿਆਲਾ, ਬੀ ਐਡ ਫਰੀਦਕੋਟ, ਬੀ ਐਡ ਅਬਹੋਰ, ਦ ਰੈਲੀਜ਼ ਹੈਵ ਸਰਪਾਸਡ ਐਨੀ ਕਾਇੰਡ ਆਫ ਐਕਸਪੈਕਟੇਸ਼ਨਸ ਦੈਟ ਐਨੀਬਡੀ ਕੁਡ ਹੈਵ ਐਕਸਪੈਕਟਡ। ਵੈਲ ਦੇਰ ਇਜ਼ ਆਲ, ਵੈਨ ਯੂ ਲੁੱਕ ਬੈਕ ਇਨ ਰੈਟ੍ਰੋਸਪੈਕਟ, ਆਫਕੋਰਸ ਐਵਰੀਥਿੰਗ ਕੈਨ ਬੀ ਹੈਂਡਲ ਬੈਟਰ। ਐਵਰੀ ਡਿਸੀਜਨ ਵਿਚ ਇਜ਼ ਟੇਕਨ ਇਨ ਦ ਸ਼੍ਰੋਮਣੀ ਅਕਾਲੀ ਦਲ ਇਜ਼ ਟੇਕਨ ਐਟ ਅ ਪਾਰਟੀ ਫੋਰਮ, ਇਟ ਇਜ਼ ਨੋਟ ਐਨ ਇੰਡੀਵਿਜੁਅਲ, ਇਟ ਇਜ਼ ਨੋਟ ਦ ਪਾਰਟੀ ਪ੍ਰੈਜੀਡੈਂਟ ਔਰ ਅ ਸਿੰਗਲ ਪਰਸਨ ਹੂ ਮੇਕਸ ਐਨੀ ਡਿਸੀਜਨ। ਕਲੈਕਟਿਵਲੀ ਦ ਇੰਟਾਇਰ ਕੋਰ ਕਮੇਟੀ ਟੇਕਸ ਅ ਡਿਸੀਜਨ, ਐਂਡ ਦੈਨ ਦ ਪਾਰਟੀ ਮੂਵਸ ਅਹੈਡ। ਸੋ ਪੀਪਲ ਹੂ ਆਰ ਟੂਡੇ ਐਕਸਪ੍ਰੈਸਿੰਗ ਰਿਜੈਂਟਮੈਂਟ ਵਰ ਆਲ ਪਾਰਟ ਆਫ ਐਨੀ ਡਿਸੀਜਨਸ ਵਿਚ ਹੈਵ ਬੀਨ ਟੇਕਨ। ਦੇ ਆਰ ਵੈਰੀ ਰਿਸਪੈਕਟਡ ਲੀਡਰਸ ਹੂ ਹੈਵ ਕੰਟਰੀਬਿਊਟਡ ਅ ਲੋਟ ਟੂਵਰਡਸ ਮੇਕਿੰਗ ਅਕਾਲੀ ਦਲ ਸਟਰੋਂਗ ਐਂਡ ਬੀਇੰਗ ਵੈਰ ਇਟ ਇਜ਼ ਟੂਡੇ। ਦਸ ਵੈਰੀ ਸੇਮ ਪੀਪਲ ਫੋਟ ਔਨ ਦੀ ਅਕਾਲੀ ਦਲ ਟਿਕਟ, ਇਟ ਵਾਸ ਦ ਸੇਮ ਪ੍ਰੈਜੀਡੈਂਟ, ਇਟ ਵਾਸ ਦ ਸੇਮ ਲੀਡਰਸ਼ਿਪ ਅੰਡਰ ਹੂਜ ਲੀਡਰਸ਼ਿਪ ਦੇ ਫੋਟ ਇਲੈਕਸ਼ਨ ਐਂਡ ਬਿਕੇਮ ਮਿਨਿਸਟਰਸ। ਸੋ ਇਫ ਦੇ ਹੈਵ ਐਨੀ ਰਿਜੈਂਟਮੈਂਟ ਟੂਡੇ, ਆਈ ਥਿੰਕ ਇਟ ਸ਼ੁੱਡ ਬੀ ਡਿਸਕਸਡ ਬਾਏ ਐਟ ਦ ਪਾਰਟੀ ਫੋਰਮ ਐਂਡ ਨੋਟ ਇਨ ਪਬਲਿਕ। ਐਂਡ ਆਈ ਡੋਂਟ ਅੰਡਰਸਟੈਂਡ ਵਾਟ ਨਿਊ ਰਿਜੈਂਟਮੈਂਟ ਹੈਜ਼ ਕਮ ਅਪ, ਬਿਕੋਜ ਦੇ ਆਲ ਦ ਇਸ਼ੂਜ਼ ਦੇ ਆਰ ਰੇਜ਼ਿੰਗ ਵਰ ਦੇਰ ਵੈਨ ਦੇ ਟੁੱਕ ਦ ਪਾਰਟੀ ਟਿਕਟ ਐਂਡ ਦੇ ਫੋਟ ਦ ਇਲੈਕਸ਼ਨਸ ਐਂਡ ਵੈਨ ਦੇ ਵਰ ਆਲਸੋ ਮਿਨਿਸਟਰਸ ਇਨ ਦ ਕੈਬਨਿਟ। ਦੇਖੋ ਜਿੱਥੇ ਵੀ ਇਹ ਫੈਸਲੇ ਹੁੰਦੇ ਨੇ ਉਹ ਸਰਕਾਰਾਂ, ਰਾਜ ਸਰਕਾਰਾਂ ਨੂੰ ਜਾਂ UT ਦੀ ਸਰਕਾਰਾਂ ਦੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਉਹਨੂੰ ਲਾਗੂ ਕੀਤਾ ਜਾਏ ਜਾਂ ਨਾ ਕੀਤਾ ਜਾਏ। ਜਿੱਥੇ ਇਹ ਪਹਿਲੇ ਸਮੇਂ ਤੋਂ ਇਹ ਲਾਗੂ ਨਹੀਂ ਸੀ, ਲੇਕਿਨ UT ਦੀ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਲਿੱਤਾ ਕਿ ਸਿੱਖ ਬੀਬੀਆਂ ਨੂੰ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੋਊਗਾ, ਜਿਹਦੇ ਕਰਕੇ ਸਾਡੇ ਵਿੱਚ ਕਾਫੀ ਰੋਸ ਸੀਗਾ ਕਿਉਂਕਿ ਸਾਡਾ ਧਰਮ ਇਹ ਅਲਾਓ ਨਹੀਂ ਕਰਦਾ ਕਿ ਤੁਸੀਂ ਹੈਲਮੇਟ ਪਾਓ, ਕਿਉਂਕਿ ਸਿੱਖਾਂ ਦੇ ਦਸਤਾਰ ਹੁੰਦੀ ਹੈ ਬੰਦਿਆਂ ਦੇ ਸਿਰਾਂ 'ਚ, ਅਤੇ ਕਈ ਬੀਬੀਆਂ ਦੇ ਸਿਰਾਂ ਕੇਸਾਂ ਦੇ ਉੱਤੇ ਵੀ ਦਸਤਾਰ ਬੰਨੀ ਜਾਂਦੀ ਹੈ, ਜਿਹਦੇ ਕਰਕੇ ਅਸੀਂ ਇਸ ਚੀਜ਼ ਨੂੰ ਰੇਜ਼ ਕੀਤਾ ਹੋਮ ਮਿਨਿਸਟਰੀ ਦੇ ਨਾਲ, ਅਤੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਇਹ ਚੀਜ਼ 'ਚ ਬਹੁਤ ਸਿੱਖਾਂ 'ਚ ਪਸੰਦ ਨਹੀਂ, ਬਿਲਕੁਲ ਨਾਪਸੰਦ ਹੈਗੇ ਅਤੇ ਬਰਦਾਸ਼ਤ ਵੀ ਨਹੀਂ ਕਰਾਂਗੇ। ਅਤੇ ਮੈਨੂੰ ਖੁਸ਼ੀ ਹੈ ਕਿ ਹੋਮ ਮਿਨਿਸਟਰ ਸਾਹਿਬ ਨੇ ਇਸ ਮੰਗ ਨੂੰ ਸਾਨੂੰ ਮੰਨਿਆ ਅਤੇ ਇਹ ਆਰਡਰ ਆਪਣਾ ਵਾਪਸ ਲਿੱਤਾ ਹੈ। ਇਹਦੇ ਨਾਲ ਹੀ ਜਿਹੜਾ ਦੂਜਾ ਵੀ UT ਵਿੱਚ ਆਰਡਰ ਦਿੱਤਾ ਗਿਆ ਸੀ ਜਿੱਥੇ DSPs ਨੂੰ UT ਕਾਡਰ ਤੋਂ ਲਿੱਤਾ ਜਾਊਗਾ, ਉਹ ਆਰਡਰ ਵੀ ਵਾਪਸ ਲੈਣਗੇ। ਅਤੇ ਪੂਰਾ ਦਬਾਅ ਆਪਣਾ ਆਹੀ ਹੈਗਾ, ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ, ਉਹਨਾਂ ਨੂੰ ਚਿੱਠੀ ਵੀ ਲਿਖੀ ਹੈ ਕਿ ਜਿਹੜਾ 60-40 ਰੇਸ਼ੋ ਵਾਲਾ ਕੰਮ ਪਹਿਲੇ ਜਦ ਚੰਡੀਗੜ੍ਹ ਬਣਿਆ ਸੀ ਕਿ 60 ਫੀਸਦੀ ਅਫਸਰ ਪੰਜਾਬ ਕਾਡਰ ਤੋਂ, 40% ਹਰਿਆਣੇ ਦੇ ਕਾਡਰ ਤੋਂ ਹੋਣਗੇ, ਲੇਕਿਨ ਸਮੇਂ ਦੇ ਨਾਲ ਇਹਨੂੰ ਡਾਇਲਿਊਟ ਕਰਕੇ ਬਾਹਰੋਂ ਦੇ ਅਫਸਰ ਇਹਨਾਂ ਦੇ ਉੱਤੇ ਬਿਠਾਏ ਗਏ ਸੀ। ਉਸ ਪਾਸੇ ਵੀ ਕੱਲ੍ਹ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਦੇ ਨਾਲ ਵੀ ਬਾਲ ਸਾਹਿਬ ਵੀ ਮਿਲੇ, ਅਫਸਰਾਂ ਨੂੰ ਵੀ ਮੈਂ ਮਿਲਦੀ ਰਹਿੰਦੀ ਹਾਂ, ਅਤੇ ਉਸ ਪਾਸੇ ਵੀ ਅਸੀਂ ਕੰਮ ਅੱਗੇ ਵਧਾ ਰਹੇ ਹਾਂ ਤਾਂ ਕਿ ਜਿਹੜਾ ਗਲਤ ਕੀਤਾ ਗਿਆ ਪਿਛਲੇ ਸਮੇਂ 'ਚ ਉਹਦੇ ਵਿੱਚ ਵੀ ਸੁਧਾਰ ਕੀਤਾ ਜਾਏ। ਬਹੁਤ ਬਹੁਤ ਦੁੱਖ ਦੀ ਗੱਲ ਹੈਗੀ ਕਿ ਇਹ ਗੂੰਗੀ ਬੈਰੀ ਸਰਕਾਰ ਨੂੰ ਕਿਸੇ ਦੀ ਪਰਵਾਹ ਨਹੀਂ। ਇਸ ਤੋਂ ਪਹਿਲੇ ਕਿਵੇਂ ਆਂਗਨਵਾੜੀ ਵਰਕਰਾਂ ਨੇ ਵੀ, ਬੀਬੀਆਂ ਨੇ ਇਹੋ ਜਿਹੀ ਲੜਾਈ ਲੜੀ
ਅਤੇ ਮੈਨੂੰ ਖੁਸ਼ੀ ਹੈ ਕਿ ਸਰਕਾਰ ਨੂੰ ਝੁਕਣਾ ਪਿਆ ਅਤੇ ਮੈਂ ਮੋਦੀ ਸਾਹਿਬ ਦਾ ਵੀ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਦੀ ਤਨਖਾਹਾਂ ਨੂੰ ਵਧਾਇਆ। ਅੱਜ ਸਕੂਲ ਟੀਚਰਾਂ ਨੂੰ ਜਿਹੜੇ 7-7, 8-8 ਸਾਲ ਤੋਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਨੂੰ ਕਹੋ ਕਿ 42,000 ਦੀ ਤਨਖਾਹ ਛੱਡ ਕੇ ਤੁਸੀਂ 10-15,000 'ਚ ਕੰਮ ਕਰੋ ਤਾਂ ਭੱਦਾ ਮਜ਼ਾਕ ਇਸ ਤੋਂ ਕੀ ਹੋ ਸਕਦਾ ਜਿਨ੍ਹਾਂ ਨੇ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ। ਸੋ ਸ਼੍ਰੋਮਣੀ ਅਕਾਲੀ ਦਲ ਇਹਨਾਂ ਟੀਚਰਾਂ ਦੇ ਨਾਲ ਖੜਿਆ ਹੈਗਾ। ਜਿੱਥੇ ਸਾਡੀ ਲੋੜ ਪਵੇਗੀ ਅਸੀਂ ਇਹਨਾਂ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਾਂਗੇ, ਇਹਨਾਂ ਦੀ ਮੰਗਾਂ ਨੂੰ ਹੱਕਾਂ ਦੀ ਲੜਾਈ ਵਾਸਤੇ ਅਸੀਂ ਅੱਗੇ ਹੋਵਾਂਗੇ।